ਅਤੇ ਅਸੀਂ ਇਸ ਦੂਤ ਨੂੰ ਕੋਈ ਪਹਿਲੀ ਵਾਰ ਨਹੀਂ ਮਿਲੇ ਹਾਂ। ਇਹ ਇਸ ਕਿਤਾਬ ਵਿੱਚ ਪਹਿਲਾਂ ਵੀ ਪ੍ਰਗਟ ਹੋ ਚੁੱਕਾ ਹੈ। ਪ੍ਰਕਾਸ਼ ਦੀ ਪੋਥੀ ਵਿੱਚ ਉਹ ਪਹਿਲਾਂ ਦੋ ਵਾਰ ਪ੍ਰਗਟ ਹੋਇਆ ਸੀ। ਸੱਤ ਦਾ ਦੋ ਉਸਨੇ ਉਹਨਾਂ ਨਿਯਮਾਂ ਨੂੰ ਰੋਕ ਕੇ ਰੱਖਿਆ ਜਿਹੜਾ ਟਿਕਣ ਵਾਲੇ ਹਨ। ਅੱਠ ਦਾ ਪੰਜ ਵਿੱਚ ਉਹ ਫਿਰ ਪ੍ਰਗਟ ਹੁੰਦਾ ਹੈ। ਇਸ ਦੂਤ ਦੀ ਪਹਿਚਾਣ ਨੂੰ ਲੈ ਕੇ ਪ੍ਰਕਾਸ਼ ਦੀ ਪੋਥੀ ਦੀ ਵਿਦਿਆਰਥੀਆਂ ਵਿੱਚ ਇੱਕ ਸਿੱਧਾ ਜਿਹਾ ਵਿਵਾਦ ਦਾ ਬਹਿਸ ਹੈ। ਇਹ ਦੂਤ ਕੌਣ ਹੈ? ਕਈਆਂ ਦਾ ਕਹਿਣਾ ਹੈ ਕਿ ਇਹ ਮਿਕਾਇਲ ਹੈ। ਹੋਰਨਾਂ ਦਾ ਕਹਿਣਾ ਹੈ ਕਿ ਇਹ ਇੱਕ ਖਾਸ ਮਹਾਂਦੂਤ ਹੈ ਜਿਸ ਦਾ ਨਾਮ ਨਹੀਂ ਦੱਸਿਆ ਹੈ ਅਤੇ ਉਸ ਨੂੰ ਪਰਮੇਸ਼ਵਰ ਦੇ ਕੁਝ ਕੰਮਾਂ ਨੂੰ ਪੂਰਾ ਕਰਨ ਲਈ ਭੇਜਿਆ ਗਿਆ ਹੈ। ਪਰ ਜਦਕਿ ਇਹ ਮੁੱਦਾ ਮੈਨੂੰ ਸਪਸ਼ਟ ਜਾਪਦਾ ਹੈ, ਮੈਂ ਇਸ 'ਤੇ ਕੋਈ ਦ੍ਰਿੜ ਫੈਸਲਾ ਨਹੀਂ ਲੈਣਾ ਚਾਹੁੰਦਾ ਹਾਂ ਕਿ ਹਰੇਕ ਵਿਅਕਤੀ ਜਿਸ ਨੇ ਇਸ ਦੂਤ ਬਾਰੇ ਲਿਖਿਆ ਜਾਂ ਬੋਲਿਆ ਹੈ ਗਲਤ ਹੈ। ਮੈਨੂੰ ਜਾਪਦਾ ਕਿ ਇਹ ਖਾਸ ਵਿਅਕਤੀ ਯਹੋਵਾ ਦਾ ਦੂਤ ਹੈ ਅਤੇ ਖੁਦ ਪ੍ਰਭੂ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਹੁਣ ਯਹੋਵਾ ਦਾ ਦੂਤ ਇੱਕ ਮਸ਼ਹੂਰ ਹਸਤੀ ਹੈ ਜਿਹੜਾ ਪੁਰਾਣੇ ਨੇਮ ਵਿੱਚ ਅਕਸਰ ਪ੍ਰਗਟ ਹੁੰਦਾ ਹੈ। ਯਹੋਵਾ ਦਾ ਦੂਤ ਉਹ ਰਾਹ ਹੈ ਜਿਸ ਰਾਹੀਂ ਪੁਰਾਣੇ ਨੇਮ ਵਿੱਚ ਅਕਸਰ ਯਹੋਵਾ ਪਰਮੇਸ਼ਰ ਯਹੂਦੀ ਲੋਕਾਂ ਕੋਲ ਆਉਂਦਾ ਹੁੰਦਾ ਸੀ। ਤੁਹਾਨੂੰ ਇਹ ਕਿਤਾਬ ਵਿੱਚ ਲੱਭੇਗੀ, ਖਾਸ ਕਰਕੇ ਕੂਚ ਦੀ ਕਿਤਾਬ ਵਿੱਚ ਉਤਪਤੀ 18 ਦਾ 1, 19 ਦਾ 1, ਕੂਚ 3 ਦਾ 2, ਨਿਆਈਆਂ 2 ਦਾ 4, 6 ਦਾ 11 ਅਤੇ 12, 21 ਅਤੇ 22, ਦੂਸਰਾ ਸੈਮੁਅਲ 24 ਦਾ 16। ਬਿਲਕੁਲ, ਯਹੋਵਾ ਦਾ ਦੂਤ ਮਸੀਹ ਦਾ ਪੂਰਵ ਅਵਤਾਰ ਸੀ। ਉਹ ਇੱਕ ਪ੍ਰਭੂ ਪਰਸਨ ਹੈ, ਉਹ ਮਸੀਹ ਹੈ ਜਿਹੜਾ ਮਸੀਹ ਦੇ ਅਵਤਾਰ ਲੈਣ ਤੋਂ ਪਹਿਲਾਂ ਇਸ ਦੁਨੀਆਂ ਵਿੱਚ ਹੇਠਾਂ ਆਇਆ ਸੀ। ਯਹੋਵਾ ਦਾ ਦੂਤ ਯਹੂਦੀ ਲੋਕਾਂ ਲਈ ਇੱਕ ਖਾਸ ਮਸ਼ਹੂਰ ਹਸਤੀ ਹੈ। ਇਸ ਨੂੰ ਬੜੇ ਧਿਆਨ, ਬਾਈਬਲ ਕਹਿੰਦੀ ਹੈ ਕਿ ਪਰਮੇਸ਼ਰ ਨੇ ਆਪਣੇ ਲੋਕਾਂ ਦੇ ਆਲੇ ਦੁਆਲੇ ਇਤਿਹਾਸ ਨੂੰ ਬਣਾਇਆ ਹੈ। ਪਹਿਲੇ 69 ਸਾਫੇ ਜਿਸ ਸ਼ਬਦ ਦਾ ਪ੍ਰਯੋਗ ਦਾਨੀਅਲ ਦੀ ਕਿਤਾਬ ਵਿੱਚ ਕੀਤਾ ਗਿਆ ਹੈ ਉਸ ਦਾ ਸੰਬੰਧ ਯਹੂਦੀ ਕੌਮ ਨਾਲ ਹੈ। ਫਿਰ ਤੁਸੀਂ ਜਾਣਦੇ ਹੋ ਕਿ 69 ਅਤੇ 70 ਸਾਫੇ ਵਿਚਕਾਰ ਕਿਰਪਾ ਦਾ ਇੱਕ ਵਕਫਾ ਹੈ ਜਿਸ 'ਤੇ ਤੁਸੀਂ ਅਤੇ ਮੈਂ ਆਉਂਦੇ ਹਾਂ।